ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਆਪਣਾ ਇਕਾਂਗੀ ਜਿਹੜਾ ਕਿ ਸਾਡਾ ਸੈਕੰਡ ਹੈ ਸਾਡੇ ਇਕਾਂਗੀ ਦਾ ਨਾਮ ਹੈ ਨਾਇਕ ਬੇਟਾ ਨਾਇਕੀ ਕਾਂਗੀ ਜਿਹੜਾ ਹੈ ਗੁਰਸ਼ਰਨ ਸਿੰਘ ਦਾ ਲਿਖਿਆ ਹੋਇਆ ਹੈ ਇਸੇ ਕਾਂਗੀ ਦੇ ਪਾਤਰ ਇੱਕ ਨੌਜਵਾਨ ਪੁੱਤਰ ਹੈ ਤੇ ਇੱਕ ਪਿਤਾ ਜੋ ਕਿ ਤਿੰਨ ਭੂਮਿਕਾਵਾਂ ਨਿਭਾ ਰਿਹਾ ਹੈ ਇਸ ਕਾਂਗੀ ਦੇ ਵਿੱਚ ਇੱਕ ਪਿਤਾ ਦੀ ਔਰ ਦੂਜਾ ਇੰਟਰਵਿਊ ਲੈਣ ਵਾਲਾ ਵਿਅਕਤੀ ਤੇ ਤੀਜਾ ਜੱਜ ਦੀ ਕੁਰਸੀ ਤੇ ਬੈਠਾ ਹੋਇਆ ਵਿਅਕਤੀ ਇਹਦੇ ਵਿੱਚ ਇੱਕ ਸੂਤਰਧਾਰ ਹੈ ਜੋ ਕਿ ਸਮੇਂ-ਸਮੇਂ ਤੇ ਆ ਕੇ ਸਾਨੂੰ ਨਵੀਂ ਤੇ ਪੁਰਾਣੀ ਪੀੜੀ ਦੀਆਂ ਗੱਲਾਂ ਦੱਸਦਾ ਕਿਉਂਕਿ ਜਿਹੜਾ ਨਾਇਕ ਹੈ ਇਸੇ ਕਾਂਗੀ ਦਾ ਉਹ ਆਧੁਨਿਕ ਵਿਚਾਰਾਂ ਵਾਲਾ ਵੈ ਤੇ ਅੱਜ ਅੱਜਕੱਲ ਦਾ ਨੌਜਵਾਨ ਹੈ ਠੀਕ ਹੈ ਬੇਟਾ ਇੱਕ ਕਾਂਗੀ ਸ਼ੁਰੂ ਕਰਦੇ ਹਾਂ ਕਹਿੰਦੇ ਕਿ ਇੱਕ ਕਾਂਗੀ ਵਿੱਚ ਪੁੱ ਦਾ ਨਾਮ ਸੁਖਦੇਵ ਹੈ ਜੋ ਕਿ ਕਾਂਗੇ ਦਾ ਨਾਇਕ ਹੈ ਜਦੋਂ ਪੁੱਤਰ ਬਾਹਰੋਂ ਆਉਂਦਾ ਹੈ ਤਾਂ ਪਿਤਾ ਪੁੱਛਦਾ ਹੈ ਕਿ ਉਹ ਕਿੱਥੋਂ ਆਇਆ ਹੈ ਉਹ ਕਹਿੰਦਾ ਹੈ ਕਿ ਉਹ ਡਾਕ ਖਾਨੇ ਤੋਂ ਆਇਆ ਹੈ ਪੁੱਤਰ ਇਸ ਗੱਲ ਨੂੰ ਪਿਤਾ ਦੀ ਟਿੱਚਕਰ ਸਮਝਦਾ ਹੈ ਤੇ ਪਿਤਾ ਕਹਿੰਦਾ ਹੈ ਕਿ ਉਹ ਉਸ ਨੂੰ ਇੰਨਾ ਹਾਕ ਵੀ ਨਹੀਂ ਕਿ ਉਹ ਆਪਣੇ ਬਾਹਰੋਂ ਆਏ ਪੁੱਤਰ ਨੂੰ ਪੁੱਛ सके ਕਿ ਉਹ ਕਿੱਥੋਂ ਆਇਆ ਫਿਰ ਪਿਤਾ ਕਹਿੰਦਾ ਪੁੱਤਰ ਨੂੰ ਕਿ ਉਹ ਇੰਨਾ ਪੜ੍ਹ ਲਿਖ ਕੇ ਘਰ ਬੈਠਾ ਰਹਿੰਦਾ ਉਹ ਕਮੇਟੀ ਘਰ ਜਾ ਕੇ ਇੱਕ ਲੜਕੀ ਦੀ ਨੌਕਰੀ ਕਰ ਲਵੇ ਫਿਰ ਪੁੱਤਰ ਕਹਿੰਦਾ ਕਿ ਮੈਂ ਇੱਕ ਲੜਕੀ ਦੀ ਨੌਕਰੀ ਨਹੀਂ ਕਰਨੀ ਫਿਰ ਪਿਤਾ ਕਹਿੰਦਾ ਕਿ ਜੇ ਤੂੰ ਅੱਜਕੱਲ ਮਏ ਕੀਤੀ ਹੈ ਉਹ ਸਾਡੀ ਪੁਰਾਣੇ ਸਮੇਂ ਦੀ ਮੈਟ੍ਰਿਕ ਦੇ ਬਰਾਬਰ ਹੈ ਪਰ ਪੁੱਤਰ ਇਹ ਗੱਲ ਨਾਲ ਸਹਿਮਤ ਨਹੀਂ ਹੁੰਦਾ ਪੁੱਤਰ ਪਿਤਾ ਨੂੰ ਦੱਸਦਾ ਹੈ ਕਿ ਉਹ ਇੱਕ ਕਾਲਜ ਵਿੱਚ ਇੰਟਰਵਿਊ ਦੇਣ ਲਈ ਜਾ ਰਿਹਾ ਹੈ ਫਿਰ ਪਿਤਾ ਉਹਨੂੰ ਪੁੱਛਦਾ ਹੈ ਕਿ ਤੂੰ ਕਿਹੜੇ ਕਾਲਜ ਵਿੱਚ ਜਾ ਰਿਹਾ ਹੈ ਤੇ ਮੈਂ ਉਸ ਕਾਲਜ ਵਿੱਚ ਜਾ ਕੇ ਤੇਰੀ ਫਰਮੈਸ਼ ਪਾ ਦਵਾਂ ਸੁਫਾਰਿਸ਼ ਪਾ ਦਵਾਂ ਪਰ ਪੁੱਤਰ ਕਹਿੰਦਾ ਹੈ ਕਿ ਉਹਨੂੰ ਫਰਮੈਸ਼ ਦੀ ਜਾਂ ਸਪਾਰਿਸ਼ ਦੀ ਲੋੜ ਨਹੀਂ ਹੈ ਪਿਤਾ ਕਹਿੰਦਾ ਹੈ ਕਿ ਉਹ ਉਸ ਦਾ ਦੁਸ਼ਮਣ ਨਹੀਂ ਹੈ ਪਰ ਪੁੱਤਰ ਕਹਿੰਦਾ ਕਿ ਜਦੋਂ ਤੁਸੀਂ ਕਦੀ ਕਦੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਦ ਕਰ ਦਿੰਦੇ ਹੋ ਕਿ ਮੈਨੂੰ ਤੁਸੀਂ ਆਪਣਾ ਦੁਸ਼ਮਣ ਲੱਗਦੇ ਹੋ ਠੀਕ ਹੈ ਗੱਲਾਂ ਕਰਦਿਆਂ ਕਰਦਿਆਂ ਮੇਜ ਤੇ ਪੁੱਤਰ ਲਈ ਪਿਤਾ ਨੇ ਕੀ ਕੀਤਾ ਕਿ ਮਹੀਨੇ ਦਾ ਜੇਬ ਜਿਹਨੂੰ ਪੌਕਟ ਮਨੀ ਕਹਿੰਦੇ ਨੇ ਉਹ ਰੱਖ ਦਿੱਤਾ ਤੇ ਫਿਰ ਪੁੱਤਰ ਕਹਿੰਦਾ ਕਿ ਜਦ ਮੇਰੇ ਜਿਹੜਾ ਇਮਤਿਹਾਨ ਖਤਮ ਹੋ ਜਾਣਗੇ ਤੇ ਉਹ ਸਾਰੇ ਪੈਸੇ ਜਿਹੜੇ ਸੂਤ ਸਮੇਤ ਵਾਪਸ ਕਰ ਦੇਵੇਗਾ ਪਿਤਾ ਕਹਿੰਦਾ ਕਿ ਜਿਹੀਆਂ ਗੱਲਾਂ ਕਰਦਿਆਂ ਉਸ ਨੂੰ ਸ਼ਰਮ ਨਹੀਂ ਆਂਦੀ ਫਿਰ ਜਿਹੜਾ ਪੁੱਤਰ ਉਹ ਕਹਿੰਦਾ ਕਿ ਮੈਨੂੰ ਸ਼ਰਮ ਉਦੋਂ ਆਏਗੀ ਜਦੋਂ ਉਹ ਬਡਾਪੇ ਵੇਲੇ ਤੁਹਾਨੂੰ ਕੁਝ ਕਰਕੇ ਨਾ ਦੇਵੇ ਕਹਿੰਦਾ ਕਿ ਉਦੋਂ ਮੈਂ ਸ਼ਰਮਸਹਾਰ ਹੋਵਾਂਗਾ ਕਿ ਜਦੋਂ ਬਡਾਪੇ ਵਿੱਚ ਤੁਹਾਡੇ ਵਾਸਤੇ ਕੁਝ ਨਹੀਂ ਕਰ ਸਕਾਂਗਾ ਉਦੋਂ ਮੈਨੂੰ ਸ਼ਰਮ ਆਏਗੀ ਫਿਰ ਜਿਹੜਾ ਸੂਤਰਧਾਰ ਆ ਕੇ ਦੱਸਦਾ ਹੈ ਕਿ ਪਿਤਾ ਤੇ ਪੁੱਤਰ ਦੀ ਸੋਚ ਵਿੱਚ ਪੀੜ੍ਹੀਆਂ ਦਾ ਫਰਕ ਹੈ ਠੀਕ ਹੈ ਇਸ ਤੋਂ ਬਾਅਦ ਅਗਲਾ ਦ੍ਰਿਸ਼ ਹੁੰਦਾ ਹੈ ਜਿਸ ਵਿੱਚ ਪਿਤਾ ਇੰਟਰਵਿਊ ਲੈਣ ਵਾਲਾ ਦੀ ਭੂਮਿਕਾ ਨਿਭਾ ਰਿਹਾ ਤੇ ਪੁੱਤਰ ਇੰਟਰਵਿਊ ਇੰਟਰਵਿਊ ਦੇਣ ਵਾਲੇ ਦੀ ਠੀਕ ਹੈ ਪਿਤਾ ਉਸਦੇ ਹੱਥ ਵਿੱਚ ਫੜੀਆਂ ਡਿਕਰੀਆਂ ਵੱਲ ਵੇਖ ਕੇ ਉਸ ਨੂੰ ਪ੍ਰਸ਼ਨ ਕਰਦਾ ਹੈ ਕਿ ਉਸਦੇ ਹਿਸਾਬ ਨਾਲ ਨੌਕਰੀ ਉਸ ਨੂੰ ਮਿਲਣੀ ਚਾਹੀਦੀ ਹੈ ਫਿਰ ਪੁੱਤਰ ਕਹਿੰਦਾ ਹੈ ਕਿ ਉਸ ਨਾਲੋਂ ਚੰਗਾ ਤੇ ਪੜ੍ਹਿਆ ਲਿਖਿਆ ਕੋਈ ਹੋਰ ਉਮੀਦਵਾਰ ਨਹੀਂ ਹੈ ਤੇ ਇਸ ਕਰਕੇ ਨੌਕਰੀ ਜਿਹੜੀ ਮੈਨੂੰ ਮਿਲਣਾ ਚਾਹੀਦੀ ਹੈ ਫਿਰ ਪਿਤਾ ਉਹਨੂੰ ਪੁੱਛਦਾ ਹੈ ਕਿ ਉਸਦੇ ਕੋਲ ਕੋਈ ਸ਼ਿਫਾਰਿਸ਼ ਹੈਗੀ ਹੈ ਤੇ ਪੁੱਤਰ ਕਹਿੰਦਾ ਕਿ ਮੇਰੇ ਮੇਰੇ ਕੋ ਇੰਨੀਆਂ ਡਿਕਰੀਆਂ ਹਨ ਤੇ ਮੈਨੂੰ ਕਿਸੇ ਵੀ ਸਿਫਾਰਿਸ਼ ਦੀ ਲੋੜ ਨਹੀਂ ਹੈ ਫਿਰ ਉਹਨੂੰ ਪਿਤਾ ਕਹਿੰਦਾ ਕਿ ਜੇਕਰ ਉਸ ਕੋਲ ਕੋਈ ਇਹੋ ਜਿਹਾ ਉਮੀਦਵਾਰ ਆ ਜਾਏ ਜਿਹਦੇ ਨੰਬਰ ਤੇਰੇ ਤੋਂ ਘੱਟ ਨੇ ਪਰ ਉਹਦੀ ਫਰਮਾਇਸ਼ ਬਹੁਤ ਤਕੜੀ ਹੈ ਤਾਂ ਫਿਰ ਤੂੰ ਕੀ ਕਰੇਗਾ ਫਿਰ ਪੁੱਤਰ ਕਹਿੰਦਾ ਹੈ ਕਿ ਉਹਨਾਂ ਨੂੰ ਨੌਕਰੀ ਦੇ ਇਤਿਹਾਰ ਕਹਿੰਦਾ ਕਿ ਜੇ ਤੁਹਾਨੂੰ ਇਹ ਚੀਜ਼ ਦੀ ਸਿਫਾਰਿਸ਼ ਦੀ ਜ਼ਰੂਰਤ ਹੈ ਤਾਂ ਜਦੋਂ ਤੁਸੀਂ ਨੌਕਰੀ ਦਾ ਇਸ਼ਤਿਹਾਰ ਦਿੱਤਾ ਹੈ ਤਾਂ ਉਹਦੇ ਵਿੱਚ ਇਹ ਵੀ ਲਿਖਣਾ ਹੈ ਕਿ ਫਰਮਾਇਸ਼ ਵਾਲੇ ਨੂੰ ਜਾਂ ਸਿਫਾਰਿਸ਼ ਵਾਲੇ ਨੂੰ ਪਹਿਲ ਦਿੱਤੀ ਜਾਏਗੀ ਠੀਕ ਹੈ ਫਿਰ ਕਹਿੰਦਾ ਫਿਰ ਪਿਤਾ ਨੂੰ ਗੁੱਸਾ ਆ ਜਾਂਦਾ ਤੇ ਉਹ ਕਹਿੰਦਾ ਕਿ ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈ ਤੇ ਪਿਤਾ ਕਹਿੰਦਾ ਕਿ ਉਹ ਖੁਦ ਪੜੇ ਲਿਖੇ ਨੌਜਵਾਨਾ ਕਿਸ ਤਰ੍ਹਾਂ ਗੱਲ ਕਰ ਰਿਹਾ ਉਹਨਾਂ ਨੂੰ ਵੀ ਬੋਲਣ ਦੀ ਮਤਬਤਮੀਜ਼ੀ ਨਾਲ ਗੱਲ ਕਰ ਰਿਹਾ ਇਸ ਕਰਕੇ ਮੈਂ ਤੁਹਾਨੂੰ ਜਵਾਬ ਦਿੱਤਾ ਠੀਕ ਹੈ ਪਿਤਾ ਉਸ ਨੂੰ ਗਸਥਾਕ ਕਹਿ ਕੇ ਦਫ਼ਤਰ ਤੋਂ ਬਾਹਰ ਜਾਣ ਲਈ ਕਹਿੰਦਾ ਹੈ ਪਰ ਪੁੱਤਰ ਬਾਹਰ ਨਹੀਂ ਜਾਂਦਾ ਤੇ ਮਾਮਲਾ ਜਿਹੜਾ ਹੱਥੋਂ ਪਾਏ ਤੱਕ ਪੁੱਜ ਜਾਂਦਾ ਹੈ ਤੇ ਦੋਵੇਂ ਇੱਕ ਦੂਜੇ ਨੂੰ ਘੂੜਦੇ ਹੋਏ ਬਾਹਰ ਨਿਕਲ ਜਾਂਦੇ ਹਨ ਠੀਕ ਹੈ ਹੁਣ ਹੈਗਾ ਸੂਤਰਧਾਰਾਂ ਦਾ ਜਿਹੜਾ ਕਿ ਹਾਨੂੰ ਦੱਸਦਾ ਕਿ ਇੱਕ ਅੰਗੇ ਦੇ ਵਿੱਚ ਕੀ ਕੀ ਹੋ ਰਿਹਾ ਫਿਰ ਸੂਤਰਧਾਰ ਇਸ ਇਸ ਨੂੰ ਪੀੜੀਆਂ ਦਾ ਤਕਰਾਰ ਕਹਿੰਦਾ ਹੈ ਠੀਕ ਹੈ ਕਹਿੰਦਾ ਕਿ ਫਿਰ ਪਿਤਾ ਤੇ ਪੁੱਤਰ ਘਰ ਆਉਂਦੇ ਹਨ ਮਤਲਬ ਹੁਣ ਉਹ ਜਿਹੜਾ ਇੰਟਰਵਿਊ ਲੈਣ ਵਾਲਾ ਉਹ ਉਹ ਭੂਮਿਕਾ ਖਤਮ ਹੋ ਗਈ ਹੈ ਹੁਣ ਇੱਕ ਨੋਰਮਲ ਪਿਤਾ ਆਇਆ ਘਰ ਤੇ ਪੁੱਤਰ ਵੀ ਆਂਦਾ ਪਿਤਾ ਪਿਤਾ ਚਾਹੁੰਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਸਮਝਾਵੇ ਪਰ ਜਿਹੜਾ ਪੁੱਤਰ ਸਮਝਦਾ ਨਹੀਂ ਸਮਝਦਾ ਹੈ ਕਿ ਉਹਨੂੰ ਜ਼ਿੰਦਗੀ ਦਾ ਤਜਰਬਾ ਆਪਣੇ ਪਿਤਾ ਨਾਲੋਂ ਜ਼ਿਆਦਾ ਹੈ ਪਿਤਾ ਕਹਿੰਦਾ ਹੈ ਕਿ ਉਸ ਨੂੰ ਇੰਟਰਵਿਊ ਲੈ ਰਹੇ ਨਾਲ ਝਗੜਨ ਦੀ ਕੋਈ ਲੋੜ ਨਹੀਂ ਸੀ ਤਾਂ ਉਹ ਜਵਾਬ ਦਿੰਦਾ ਹੈ ਕਿ ਉਸ ਨੂੰ ਕੀ ਲੋੜ ਸੀ ਕਿ ਉਸ ਦੇ ਮੂੰਹ ਤੇ ਕਹਿ ਦੇਵੇ ਕਿ ਨੌਕਰੀ ਨਹੀਂ ਮਿਲ ਸਕਦੀ ਉਹਨੂੰ ਫਿਰ ਪੁੱਤਰ ਕਹਿੰਦਾ ਹੈ ਕਿ ਬੇਸ਼ੱਕ ਉਸ ਦਾ ਪਿਤਾ ਇੱਕ ਜ਼ਿੰਮੇਵਾਰ ਕੁਰਸੀ ਤੇ ਬੈਠਾ ਹੈ ਪਰ ਜੇਕਰ ਕੋਈ ਗਲਤੀ ਕਰੇ ਤੇ ਉਸ ਵਰਗਾ ਕੋਈ ਨੌਜਵਾਨ ਉਸ ਦੀ ਪਾਗ ਨੂੰ ਹੱਥ ਪਾਵੇ ਤਾਂ ਉਹ ਉਸ ਨੌਜਵਾਨ ਨੂੰ ਸ਼ਾਬਾਸ਼ ਦੇਵੇਗਾ ਫਿਰ ਪਿਤਾ ਪੁੱਤਰ ਨੂੰ ਥਾਣੇ ਵਿੱਚ ਜਾ ਕੇ ਇਹ ਗੱਲ ਦਾ ਜਿਹੜਾ ਫੈਸਲਾ ਕਰਨ ਲਈ ਕਹਿੰਦਾ ਕਿ ਉਹਨਾਂ ਦੋਨਾਂ ਵਿੱਚ ਝਗੜਾ ਹੋ ਜਾਂਦਾ ਠੀਕ ਹੈ ਫਿਰ ਕਹਿੰਦਾ ਕਿ ਸਾਡੇ ਝਗੜੇ ਦਾ ਜਿਹੜਾ ਫੈਸਲਾ ਥਾਣੇ ਵਿੱਚ ਜਾ ਕੇ ਹੋਏਗਾ ਠੀਕ ਹੈ ਹੁਣ ਹੈਗਾ ਤੀਜਾ ਦ੍ਰਿਸ਼ਾਂ ਦਾ ਵਾਲਾ ਮਤਲਿਕਾਂਗੀ ਵਿੱਚ ਕਹਿੰਦਾ ਸੂਤਰਦਾਰ ਦੱਸਦਾ ਹੈ ਕਿ ਹੁਣ ਦ੍ਰਿਸ਼ਕ ਚੈਰੀ ਦਾ ਹੈ ਜਿੱਥੇ ਪਿਤਾ ਤੇ ਪੁੱਤਰ ਦਾ ਝਗੜਾ ਮੁਕੇਗਾ ਠੀਕ ਹੈ ਹੁਣ ਪਿਤਾ ਜਿਹੜਾ ਜੱਜ ਦੀ ਕੁਰਸੀ ਤੇ ਬੈਠਾ ਹੈ ਤੇ ਪੁੱਤਰ ਮੁਜਰਮ ਵਾਲੀ ਥਾਂ ਤੇ ਪਿਤਾ ਪੁੱਤਰ ਨੂੰ ਕਹਿੰਦਾ ਹੈ ਕਿ ਉਸ ਨੇ ਸਰਕਾਰੀ ਵਕੀਲ ਤੋਂ ਆਪਣਾ ਦੋਸਤ ਸੁਣ ਲਿਆ ਹੈ ਪੁੱਤਰ ਕਹਿੰਦਾ ਹੈ ਕਿ ਉਸ ਨੇ ਆਪਣੇ ਬਚਾਅ ਵਿੱਚ ਕੁਝ ਕਹਿਣਾ ਹੈ ਤਾਂ ਕਹਿਣਾ ਤਾਂ ਹੈਗਾ ਪਰ ਉਹ ਕੋਈ ਵਕੀਲ ਨਹੀਂ ਕਰੇਗਾ ਕਿਉਂਕਿ ਉਹ ਉਸ ਨੂੰ ਝੂਠ ਬੋਲਣ ਲਈ ਕਹੇਗਾ ਵਕੀਲ ਜਿਹੜਾ ਉਹ ਨੂੰ ਝੂਠ ਬੋਲਣ ਲਈ ਕਹੇਗਾ ਤੇ ਉਹ ਝੂਠ ਬੋਲਣਾ ਨਹੀਂ ਚਾਹਦਾ ਫਿਰ ਪਿਤਾ ਇਸ ਮੁਕਦਮੇ ਵਿੱਚ ਇੰਟਰਵਿਊ ਵਾਲੀ ਗੱਲ ਕਰਦਾ ਹੈ ਠੀਕ ਹੈ ਉਹ ਕਹਿੰਦਾ ਹੈ ਕਿ ਜੇਕਰ ਆਦਮੀ ਦੀ ਪਗ ਲ ਮਤਲ ਲੈ ਜਾਵੇ ਤੇ ਮਿੱਟੀ ਵਿੱਚ ਰੁੱਲ ਜਾਵੇ ਤਾਂ ਉਹ ਉਸ ਦੇ ਕਤਲ ਦੇ ਬਰਾਬਰ ਹੁੰਦੀ ਹੈ ਮਤਲ ਉਹਦੀ ਸੈਲ ਸੈਲਫ ਰਿਸਪੈਕਟ ਨੂੰ ਤੱਕਾ ਲੱਗਾ ਠੀਕ ਹੈ ਉਹ ਗੱਲ ਨੇ ਜਿਹੜੀ ਇਹ ਉਹ ਕਚਹਿਰੀ ਵਿੱਚ ਕੀਤੀ ਮੁਕਦਮਾ ਚੱਲਿਆ ਠੀਕ ਹੈ ਫਿਰ ਅੱਗੇ ਪੁੱਤਰ ਕਹਿੰਦਾ ਹੈ ਕਿ ਅਜਿਹਾ ਸਿਰਫ ਅਨਖ ਸੱਚੇ ਤੇ ਇਮਾਨਦਾਰ ਬੰਦੇ ਲਈ ਹੁੰਦਾ ਹੈ ਮਤਲਬ ਜੇ ਤੁਸੀਂ ਇਮਾਨਦਾਰ ਸੱਚੇ ਹੋ ਇਮਾਨਦਾਰ ਸੱਚੇ ਤੇ ਅਣਖ ਵਾਲੇ ਹੋ ਤੇ ਫਿਰ ਤੁਹਾਨੂੰ ਫਰਕ ਪਏਗਾ ਫਿਰ ਕਹਿੰਦਾ ਪੁੱਤਰ ਕਹਿੰਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਉਸੇ ਵਰਗੇ ਜਿਹੜੇ ਇਹ ਮੈਂ ਜ਼ਿੰਮੇਵਾਰ ਕੁਰਸੀ ਤੇ ਬੈਠ ਕੇ ਅਪਰਾਧ ਕਰਦੇ ਹਨ ਉਹਨਾਂ ਨੂੰ ਕੁਰਸੀ ਤੋਂ ਲਾ ਦਿੱਤਾ ਜਾਵੇ ਕਿਉਂਕਿ ਦੇਸ਼ ਵਿੱਚ ਜ਼ਿਆਦਾਤਰ ਅਪਰਾਧ ਜ਼ਿੰਮੇਵਾਰ ਕੁਰਸੀਆਂ ਵਾਲੇ ਹੀ ਕਰਦੇ ਹਨ ਫਿਰ ਪੁੱਤਰ ਕਹਿੰਦਾ ਹੈ ਕਿ ਉਹਨਾਂ ਨੇ ਉਸ ਨੂੰ ਅਜਿਹੀ ਸਥਿਤੀ ਤੇ ਪਹੁੰਚਾ ਦਿੱਤਾ ਹੈ ਜਿੱਥੇ ਉਸ ਕੋਲ ਵਿਧਰੋ ਤੋਂ ਬਿਨਾ ਕੋਈ ਚਾਰਾ ਨਹੀਂ ਪਿਤਾ ਪੁੱਤਰ ਨੂੰ ਪਰੇ ਅਦਾਲਤ ਵਿੱਚ ਆਪਣਾ ਕਸੂਰ ਮੰਨਣ ਕਰਕੇ 1 ਸਾਲ ਕੈਦ ਦੀ ਸਜ਼ਾ ਸੁਣਾ ਦਿੰਦੇ ਨੇ ਠੀਕ ਹੈ ਮਤਲਬ ਸਜ਼ਾ ਹੋ ਜਾਂਦੀ ਹੈ ਕਿ ਉਹਨੇ ਕਿਹਦੇ ਪੱਗ ਲਾ ਕੇ ਉਹਨੂੰ ਬੇਇੱਜ਼ਤ ਕੀਤਾ ਮਤਲਬ ਸੈਸ਼ਨ ਵਿੱਚ ਪੱਗ ਨਹੀਂ ਸ਼ਬਦਾਂ ਦੇ ਦੁਆਰਾ ਆਪਣੇ ਜਿਹੜਾ ਇੰਟਰਵਿਊ ਲੈ ਰਿਆ ਇਹ ਉਹਨੂੰ ਠੀਕ ਹੈ ਬੇਇੱਜ਼ਤ ਕੀਤਾ ਫਿਰ ਇੱਥੇ ਸੂਤਰਦਾਰ ਦੱਸਦਾ ਕਿ ਹੁਣ ਪਿਤਾ ਦੁਨੀਆਵੀ ਪਿਤਾ ਦੀ ਭੂਮਿਕਾ ਨਿਭਾਉਣ ਦਾ ਹੈ ਠੀਕ ਹੈ ਜੇ ਜਿਹੜਾ ਨਿਭਾਉਂਦਾ ਹੋਇਆ ਆਪਣੇ ਪੁੱਤਰ ਨੂੰ ਜੇਲ੍ਹ ਵਿੱਚ ਮਿਲਣ ਗਿਆ ਹੁਣ ਉਹਨੂੰ ਸਜ਼ਾ ਹੋ ਗਈ ਹੈ ਤੇ ਹੁਣ ਇੱਕ ਆਮ ਪਰਸਨ ਹੈ ਕਿਉਂਕਿ ਇੱਕ ਇਨਸਾਨ ਦੀਆਂ ਤਿੰਨ ਭੂਮਿਕਾਵਾਂ ਹੈ ਹੁਣ ਇੱਕ ਨੋਰਮਲ ਪਿਤਾ ਆਪਣੇ ਜੇਲ੍ਹ ਗਏ ਪੁੱਤਰ ਨੂੰ ਮਿਲਣ ਜਾਂਦਾ ਹੈ ਠੀਕ ਹੈ ਕਹਿੰਦਾ ਕਿ ਦੋਵਾਂ ਵਿੱਚ ਗਾ ਜਿਹੜੀਆਂ ਸਿੱਖਾਂ ਮਤਲਬ ਜਦੋਂ ਮੈਂ ਮੁਲਾਕਾਤ ਲਈ ਜਾਂਦੇ ਤੇ ਉਹਨਾਂ ਦੇ ਵਿੱਚ ਗਾ ਮਤਲਬ ਖੁੱਲੇ ਤੌਰ ਤੇ ਨਹੀਂ ਮਿਲ ਸਕਦੇ ਜੇਲ੍ਹ ਦੇ ਵਿੱਚ ਇੱਕ ਸਿੱਖਾਂ ਦੀ ਦੀਵਾਰ ਹੁੰਦੀ ਹੈ ਕਹਿੰਦੇ ਹੁਣ ਉਹਨਾਂ ਦੇ ਵਿੱਚ ਉਹ ਹੈ ਪੁੱਤਰ ਨੂੰ ਪਿਤਾ ਕਮਜ਼ੋਰ ਹੋਇਆ ਜਾਪਦਾ ਹੈ ਤੇ ਉਸ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਹਿੰਦਾ ਹੈ ਪੁੱਤਰ ਦੇ ਪੁੱਛਣ ਤੇ ਪਿਤਾ ਦੱਸਦਾ ਹੈ ਕਿ ਹੁਣ ਉਸ ਨੇ ਰਿਟਾਇਰਮੈਂਟ ਲੈ ਲਈ ਹੈ ਤੇ ਹੁਣ ਕਿਸੇ ਕੁਰਸੀ ਤੇ ਨਹੀਂ ਬੈਠਾ ਹੋਇਆ ਸਗੋਂ ਆਜ਼ਾਦ ਵਿਅਕਤੀ ਹੋ ਗਿਆ ਹੁਣ ਉਹਨਾਂ ਵਿੱਚਕਾਰ ਕੋਈ ਕੁਰਸੀ ਨਹੀਂ ਨਾ ਤੇ ਦਫਤਰ ਦੇ ਸੁਪਰੀਡੈਂਟ ਦੀ ਤੇ ਨਾ ਹੀ ਕਿਸੇ ਇੰਟਰਵਿਊ ਲੈਣ ਵਾਲੇ ਦੀ ਤੇ ਨਾ ਹੀ ਜੱਜ ਦੀ ਪੁੱਤਰ ਦੱਸਦਾ ਹੈ ਕਿ ਉਹਨਾਂ ਨੇ ਹਮੇਸ਼ਾ ਉਹਨਾਂ ਦੇ ਅੰਦਰਲੇ ਬਾਪ ਦਾ ਬਹੁਤ ਸਤਿਕਾਰ ਕੀਤਾ ਹੈ ਉਹ ਸਿਰਫ ਉਹਨਾਂ ਦਾ ਸੰਘਰਸ਼ ਸਿਰਫ ਉਹਨਾਂ ਦੇ ਬਾਹਰੀ ਖੋਲ ਮਤਲਬ ਰੋਲ ਬਾਹਰੀ ਜਿਹੜੇ ਰੋਲ ਕਰਦੇ ਨੇ ਕਦੇ ਇੰਟਰਵਿਊ ਲੈਣ ਵਾਲਾ ਤੇ ਕਦੇ ਜੱਜ ਦੀ ਠੀਕ ਹੈ ਕਹਿੰਦਾ ਕਿ ਇਨਾਂ ਵਿਰੁੱਧ ਮੇਰੀ ਲੜਾਈ ਹੈ ਠੀਕ ਹੈ ਪੁੱਤਰ ਉਸ ਨੂੰ ਸਮੇਂ ਅ ਮਤਲਬ ਜਿਹੜਾ ਫਿਰ ਉਹ ਦੁਨੇ ਜਿਹੜੇ ਮਿਲਦੇ ਨੇ ਤੇ ਪੁੱਤਰ ਨੂੰ ਉਹ ਸਮਝ ਆ ਜਾਂਦਾ ਜਦੋਂ ਉਹਨਾਂ ਦੀ ਜਿਹੜੀ ਮਾਂ ਹੈ ਉਹਨਾਂ ਦੇ ਦਿਹਾਤ ਹੋ ਜਾਂਦਾ ਤਾਂ ਉਹਦੇ ਪਿਤਾ ਨੇ ਉਹਨੂੰ ਮਾਂ ਤੇ ਪਿਓ ਦਾ ਦੋਨਾਂ ਦਾ ਪਿਆਰ ਦੇ ਕੇ ਪਾਲਿਆ ਠੀਕ ਹੈ ਫਿਰ ਮੁਲਾਕਾਤ ਦਾ ਸਮਾਂ ਖਤਮ ਹੋ ਜਾਂਦਾ ਹੈ ਪੁੱਤਰ ਪਿਤਾ ਦੇ ਪੈਰਾਂ ਵੱਲ ਝੁਕਦਾ ਹੈ ਤੇ ਪਿਤਾ ਉਸਨੂੰ ਗਲੇ ਲਗਾ ਲੈਂਦਾ ਹੈ ਜਾਂ ਕਲਾਵੇ ਵਿੱਚ ਲੈ ਲੈਂਦਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡਾ ਇਕਾਂਗੀ ਸਿਰਫ ਪਿਤਾ ਤੇ ਪੁੱਤਰ ਦੇ ਵਾਰਤਾਲਾਪ ਨਾਲ ਖਤਮ ਹੋ ਜਾਂਦੀ ਹੈ ਤੇ ਨੈਕਸਟ ਵੀਡੀਓ ਵਿੱਚ ਅਸੀਂ ਇਹਦੇ ਕੁਐਸਚਨ ਆਨਸਰ ਕਰਾਂਗੇ ਠੀਕ ਹੈ ਕੈਰੈਕਟਰ ਸਕੈਚ ਹੈ ਤੇ ਵਾਰਤਾਲਾਪ ਨੇ ਤਾਂ ਉਹਨਾਂ ਦੇ ਅਕੋਰਡਿੰਗਲੀ ਮੈਂ ਤੁਹਾਨੂੰ ਸਾਰੇ ਕੁਝ ਕਰਵਾ ਦਾਂਗੇ ਠੀਕ ਹੈ ਬੇਟਾ ਨੈਕਸਟ ਵੀਡੀਓ 'ਚ ਮਿਲਦੇ ਹਾਂ ਟੇਕ ਕੇਅਰ